ਸਤਿ ਸ਼੍ਰੀ ਅਕਾਲ ਕਿਸਾਨ ਭਰਾਵੋ, ਅੱਜ ਆਪਾਂ ਪਹੁੰਚੇ ਜੀ ਕੋਟਕਪੂਰਾ ਟਰੈਕਟਰ ਮੰਡੀ 'ਤੇ। ਅਤੇ ਬੇਨਤੀ ਹੈ ਕਿ ਜੇਕਰ ਤੁਸੀਂ ਸਾਡੇ ਚੈਨਲ 'ਤੇ ਪਹਿਲੀ ਵਾਰ ਆਏ ਤਾਂ ਚੈਨਲ ਨੂੰ ਕਰ ਲਓ ਜੀ ਸਬਸਕ੍ਰਾਈਬ। ਆਉਣ ਵਾਲੀ ਕੋਈ ਵੀ ਟਰੈਕਟਰ ਮੰਡੀ 'ਤੇ ਅਸੀਂ ਵੀਡੀਓ ਪਾਈਏ ਤਾਂ ਉਸਦਾ ਨੋਟੀਫਿਕੇਸ਼ਨ ਸਾਰਿਆਂ ਨੂੰ ਪਹਿਲਾਂ ਤੁਹਾਡੇ ਕੋਲ ਪਹੁੰਚੇ। ਚਲੋ ਆਪਾਂ ਕਰਦੇ ਹਾਂ ਤੁਹਾਡੇ ਨਾਲ ਟਰੈਕਟਰਾਂ ਦੇ ਰੇਟ ਸਾਂਝੇ। ਪਹਿਲਾ ਟਰੈਕਟਰ ਆ ਗਿਆ ਜੀ ਆਪਣੇ ਕੋਲ 4511, ਪਿਛਲੇ ਟਾਇਰ ਹੈਗੇ 30 ਪੈਸੇ, ਅਗਲੇ ਟਾਇਰ ਹੈਗੇ 50-60 ਪੈਸੇ। ਪੰਜਾਬ ਨੰਬਰ ਟਰੈਕਟਰ ਹੈ, 97 ਮਾਡਲ ਹੈ, 1,48,000 ਰੁਪਈਆ ਰੇਟ ਹੈ ਜੀ ਇਹਦਾ। ਬਾਕੀ ਟਰੈਕਟਰ ਸਾਫ਼ ਸੁਥਰੀ ਕੰਡੀਸ਼ਨ ਦਾ ਜੀ। ਉਸ ਤੋਂ ਅਗਲਾ ਟਰੈਕਟਰ ਆ ਗਿਆ ਜੀ 724, ਇਹ ਵੀ ਪੰਜਾਬ ਨੰਬਰ ਹੈ ਜੀ, 92 ਮਾਡਲ ਆ, 1,15,000 ਰੁਪਈਆ ਡਿਮਾਂਡ ਆ। ਅਗਲੇ ਟਾਇਰ ਨਵੇਂ ਆ ਜੀ, ਪਿਛਲੇ ਖਤਮ ਹੀ ਆ ਜੀ। ਮਹਿੰਦਰਾ ਆ ਗਿਆ ਜੀ 275, ਇਹ ਵੀ ਪੰਜਾਬ ਨੰਬਰ ਆ ਜੀ, 94 ਮਾਡਲ ਆ, 1,40,000 ਰੁਪਈਆ ਰੇਟ ਹੈ ਜੀ। ਉਸ ਤੋਂ ਅਗਲਾ ਟਰੈਕਟਰ ਆ ਗਿਆ ਆਈਸ਼ਰ, ਇਹ 92 ਮਾਡਲ ਆ ਜੀ, 1,10,000 ਰੁਪਈਆ ਡਿਮਾਂਡ ਆ ਜੀ। ਬਾਕੀ ਟਰੈਕਟਰ ਸਾਫ਼ ਸੁਥਰਾ, ਇਕੱਲੀ ਟਾਇਰਾਂ ਦੀ ਕਮੀ ਹੈ ਜੀ। ਸਵਰਾਜ ਆ ਗਿਆ 2,735, ਇਹ 90 ਮਾਡਲ ਆ ਜੀ, 1,22,000 ਰੁਪਈਆ ਰੇਟ ਆ ਜੀ। ਚਾਰੇ ਟਾਇਰ ਚੰਗੇ ਅਤੇ ਸਾਫ਼ ਸੁਥਰੇ, 70-80 ਪੈਸੇ ਕੰਡੀਸ਼ਨ ਦੇ ਵਿੱਚ ਹੈਗੇ ਜੀ। ਮਹਿੰਦਰਾ ਆ ਗਿਆ ਜੀ 263, ਇਹ 94 ਮਾਡਲ ਆ ਜੀ, 1,45,000 ਰੁਪਈਆ ਰੇਟ ਆ ਜੀ। 265 ਆ ਗਿਆ ਜੀ, 94 ਮਾਡਲ ਆ ਜੀ, 1,75,000 ਰੁਪਈਆ ਰੇਟ ਆ ਜੀ। ਪੰਜਾਬ ਨੰਬਰ, ਪਿਛਲੇ ਟਾਇਰ ਬਿਲਕੁਲ ਨਵੇਂ ਆ ਜੀ, ਅਗਲੇ ਟਾਇਰ ਵੀ ਵਧੀਆ, ਕਾਫ਼ੀ ਚੰਗੀ ਹਾਲਤ ਦੇ ਪਏ ਨੇ। ਹਾਂਜੀ ਦੋਸਤੋ, ਅਗਲਾ ਟਰੈਕਟਰ ਆ ਗਿਆ ਜੀ ਆਪਣਾ ਸਵਰਾਜ 744 FE, ਇਹ 4 ਮਾਡਲ ਆ ਜੀ, 2,50,000 ਰੁਪਈਆ ਡਿਮਾਂਡ ਆ ਦੋਸਤੋ। ਉਸ ਤੋਂ ਅਗਲਾ ਟਰੈਕਟਰ ਆ ਗਿਆ ਸਟੈਂਡਰਡ 345, ਇਹ ਵੀ 4 ਮਾਡਲ ਆ ਜੀ, 3,05,000 ਰੁਪਈਆ ਡਿਮਾਂਡ ਆ ਜੀ। ਚਾਰੇ ਟਾਇਰ ਬਿਲਕੁਲ ਨਵੇਂ ਅਤੇ ਸਾਫ਼ ਸੁਥਰੇ ਆ ਜੀ, ਫਾਈਬਰ ਦੀ ਛੱਤਰੀ ਲੱਗੀ ਹੋਈ, ਡੈੱਕ ਡੁੱਕ ਪੂਰਾ ਲੱਗਿਆ ਹੋਇਆ ਜੀ। JK ਕੰਪਨੀ ਦੇ ਟਾਇਰ ਆ ਜੀ, 14 ਦੇ ਟਾਇਰਾਂ 'ਚ ਆ ਜੀ ਟਰੈਕਟਰ ਇਹ। ਉਸ ਤੋਂ ਅਗਲਾ ਟਰੈਕਟਰ ਫਿਰ ਸਟੈਂਡਰਡ ਆ ਗਿਆ ਜੀ 450, ਪਿਛਲੇ ਟਾਇਰ ਬਿਲਕੁਲ ਨਵੇਂ ਆ ਜੀ, ਅਗਲੇ ਵੀ ਨਵੇਂ ਆ। ਪਿਛਲੇ ਟਾਇਰ ਅਪੋਲੋ ਕੰਪਨੀ ਦੇ ਆ ਜੀ 14 ਦੇ ਟਾਇਰਾਂ 'ਚ, ਅਗਲੇ ਟਾਇਰ ਵੀ ਅਪੋਲੋ ਕੰਪਨੀ ਦੇ ਆ ਜੀ। ਇਹ 7 ਮਾਡਲ ਆ ਜੀ, 2,90,000 ਰੁਪਈਆ ਡਿਮਾਂਡ ਆ ਜੀ। ਉਸ ਤੋਂ ਅਗਲਾ ਟਰੈਕਟਰ ਆ ਗਿਆ 6911, JK ਕੰਪਨੀ ਦੇ ਟਾਇਰ ਆ ਜੀ, ਪਿਛਲੇ ਅਗਲੇ ਹੈਗੇ ਗੁੜੀਅਰ ਦੇ ਟਾਇਰ, ਪਿਛਲੇ ਬਿਲਕੁਲ ਨਵੇਂ ਅਤੇ ਸਾਫ਼ ਸੁਥਰੀ ਕੰਡੀਸ਼ਨ ਦੇ ਆ ਜੀ। ਅਗਲੇ ਟਾਇਰ ਵੀ ਬਿਲਕੁਲ ਨਵੇਂ ਵਾਂਗੂ ਹੀ ਪਏ ਜੀ, 98 ਮਾਡਲ ਆ, 2,99,000 ਰੁਪਈਆ ਰੇਟ ਆ ਜੀ। ਬਾਕੀ ਟਰੈਕਟਰ ਬਹੁਤ ਹੀ ਸਾਫ਼ ਸੁਥਰੀ ਕੰਡੀਸ਼ਨ ਦਾ ਜੀ, ਕਿਤੋਂ ਡੀਕਿੰਗ ਸ਼ੀਕਿੰਗ ਹੈ ਨਹੀਂ ਗਈ, ਅਤੇ ਪਾਵਰ ਸਟੇਅਰਿੰਗ ਕਰਾਇਆ ਹੋਇਆ ਜੀ। ਜੌਂਡੀਅਰ ਆ ਗਈ 50-50D, ਇਹ 13 ਮਾਡਲ ਆ ਜੀ, 4,56,000 ਰੁਪਈਆ ਰੇਟ ਆ ਜੀ। ਪਿਛਲੇ ਟਾਇਰ ਹੈਗੇ ਜੀ ਇਹਦੇ 14 ਦੇ ਟਾਇਰਾਂ 'ਚ, ਅਪੋਲੋ ਕੰਪਨੀ ਦੇ ਟਾਇਰ ਆ ਜੀ, ਅਗਲੇ ਵੀ ਅਪੋਲੋ ਕੰਪਨੀ ਦੇ ਜੀ ਟਾਇਰ, 85-80 ਪੈਸੇ ਕੰਡੀਸ਼ਨ ਦੇ ਵਿੱਚ ਹੈਗੇ ਜੀ। ਉਸ ਤੋਂ ਅਗਲਾ ਟਰੈਕਟਰ ਆ ਗਿਆ ਜੀ ਸਵਰਾਜ 855, ਇਹ 8 ਮਾਡਲ ਆ ਜੀ, 3,65,000 ਰੁਪਈਆ ਰੇਟ ਆ। ਪਿਛਲੇ ਟਾਇਰ ਹੈਗੇ ਗੁੜੀਅਰ ਦੇ 14 ਦੇ ਟਾਇਰਾਂ 'ਚ ਜੀ, ਅਗਲੇ ਟਾਇਰ ਵੀ ਬਿਲਕੁਲ ਸਾਫ਼ ਸੁਥਰੇ, ਚਾਰੇ ਟਾਇਰ 80-85 ਪੈਸੇ ਕੰਡੀਸ਼ਨ ਦੇ ਵਿੱਚ ਹੈਗੇ ਜੀ। ਉਸ ਤੋਂ ਅਗਲਾ ਟਰੈਕਟਰ ਆ ਗਿਆ ਜੀ 911, ਚਾਰੇ ਟਾਇਰ ਬਿਲਕੁਲ ਸਾਫ਼ ਸੁਥਰੇ ਅਤੇ ਓਕੇ ਕੰਡੀਸ਼ਨ ਦੇ ਜੀ, 95 ਮਾਡਲ ਆ, 2,35,000 ਰੁਪਈਆ ਰੇਟ ਆ ਜੀ। ਹਾਂਜੀ ਦੋਸਤੋ, ਅਗਲਾ ਟਰੈਕਟਰ ਆ ਗਿਆ ਜੀ ਫੋਰਡ 3699 ਮਾਡਲ ਆ ਜੀ, 1,20,000 ਰੁਪਈਆ ਰੇਟ ਆ ਜੀ।
ਬਾਕੀ ਮਾਲਕ ਆਪਣੇ ਕੋਲ ਆ ਜੀ, ਇੰਜਨ ਗੇਅਰ ਦੀ ਮਾਲਕ ਆਪਾਂ ਨੂੰ ਗਰੰਟੀ ਦੇ ਰਿਹਾ ਜੀ। ਟਰੈਕਟਰ ਬਾਕੀ ਸਾਫ਼ ਸੁਥਰਾ ਜੀ, ਲੇਕਿਨ ਸ਼ੀਕਿੰਗ ਹੈ ਨਹੀਂ ਗਾ, ਅਤੇ ਅਗਲੇ ਟਾਇਰ ਵਧੀਆ ਚੰਗੇ ਅਤੇ ਨਵੀਂ ਕੰਡੀਸ਼ਨ ਦੇ ਆ ਜੀ। ਪਿਛਲੇ ਟਾਇਰਾਂ 'ਚ ਥੋੜ੍ਹੀ ਜਿਹੀ ਕਮੀ ਆ, ਬਾਕੀ ਟਰੈਕਟਰ ਸਾਫ਼ ਸੁਥਰਾ ਜੀ। ਦੱਸਿਓ ਭਾਈ ਜੀ ਨੰਬਰ ਆਪਣਾ। 94786 52558 ਇੰਜਨ ਗੇਅਰ ਵਾ ਕੇ ਲਿਆ ਸਾਡਾ ਜੀ। ਠੀਕ ਹੈ ਜੀ, ਨੰਬਰ ਪੰਜਾਬ ਆ, ਪੰਜਾਬ ਨੰਬਰ ਟਰੈਕਟਰ। ਇੰਜਨ ਗੇਅਰ ਦੀ ਬਾਈ ਦੀ ਪੂਰੀ ਤਸੱਲੀ ਹੈ ਜੀ, ਜੇਕਰ ਕਿਸੇ ਵੀਰ ਭਰਾ ਨੇ ਲੈਣਾ ਹੋਵੇ ਤਾਂ ਬਾਈ ਕੰਟੈਕਟ ਨੰਬਰ ਆਪਾਂ ਬੋਲਤਾ ਜੀ ਵੀਡੀਓ 'ਚ, ਕਾਲ ਕਰ ਸਕਦਾ ਜੀ ਬਾਈ ਨੂੰ। ਅਗਲਾ ਟਰੈਕਟਰ ਫਿਰ ਫੋਰਡ 3600 ਜੀ, ਇਹ 90 ਮਾਡਲ ਆ ਜੀ, 1.5 ਲੱਖ ਰੁਪਈਆ ਡਿਮਾਂਡ ਆ ਜੀ। ਚਾਰੇ ਟਾਇਰ ਬਿਲਕੁਲ ਸਾਫ਼ ਸੁਥਰੇ, 80-85 ਪੈਸੇ ਕੰਡੀਸ਼ਨ ਦੇ ਵਿੱਚ ਹੈਗੇ ਆ ਜੀ। 90 ਮਾਡਲ, 1.5 ਲੱਖ ਰੁਪਈਆ ਰੇਟ ਜੀ। ਹਿੰਦੁਸਤਾਨ ਆ ਗਿਆ ਜੀ, ਇਹ 85 ਮਾਡਲ ਆ ਜੀ, 2,35,000 ਰੁਪਈਆ ਰੇਟ ਆ ਜੀ। ਟਰੈਕਟਰ ਬਿਲਕੁਲ ਸਾਫ਼ ਸੁਥਰਾ ਅਤੇ ਚੰਗੀ ਕੰਡੀਸ਼ਨ ਦਾ ਜੀ, ਟਾਇਰ ਵੀ ਬਹੁਤ ਵਧੀਆ ਪਏ ਆ ਜੀ। ਪਿਛਲੇ ਤਾਂ ਪਏ ਆ ਜੀ 70-80 ਪੈਸੇ, ਬਿਰਲਾ ਦੇ ਟਾਇਰ ਆ ਜੀ ਪਿਛਲੇ। ਅਗਲੇ ਹੈਗੇ ਜੇ ਕੇ ਦੇ, ਇਹ ਵੀ ਸਾਫ਼ ਸੁਥਰੀ ਕੰਡੀਸ਼ਨ ਦੇ ਵਿੱਚ ਦੇ ਟਾਇਰ। ਉਸ ਤੋਂ ਅਗਲਾ ਟਰੈਕਟਰ ਫਿਰ ਆ ਗਿਆ ਜੀ ਫੋਰਡ 3600, ਇਹ 93 ਮਾਡਲ ਆ ਜੀ, 1,40,000 ਰੁਪਈਆ ਰੇਟ ਆ ਜੀ। ਟਾਇਰ ਚੰਗੇ ਵਧੀਆ ਹੈਗੇ ਆ ਜੀ, 60-65 ਪੈਸੇ ਕੰਡੀਸ਼ਨ ਦੇ ਵਿੱਚ ਸਾਰੇ। ਅਗਲਾ ਟਰੈਕਟਰ ਫਿਰ 69 ਜੀ, ਇਹ 85 ਮਾਡਲ ਆ ਜੀ, 2,10,000 ਰੁਪਈਆ ਡਿਮਾਂਡ ਆ ਜੀ। ਕੀ ਹਾਲ ਆ ਜੀ? ਓਕੇ ਜੀ, ਓਕੇ, ਠੀਕ ਹੈ ਜੀ। ਹਾਂਜੀ ਦੋਸਤੋ, ਪਿਛਲੇ ਟਾਇਰ ਵਧੀਆ ਪਏ ਆ ਜੀ 16 ਦੇ ਟਾਇਰਾਂ 'ਚ, ਅਗਲੇ ਟਾਇਰ ਘਸੇ ਹੋਏ ਆ ਜੀ। 85 ਮਾਡਲ ਆ, 2,10,000 ਰੁਪਈਆ ਡਿਮਾਂਡ ਆ ਜੀ। 65 ਬਾਈ ਹੋਇਆ ਜੀ, ਨਿਊ ਹੋਲੈਂਡ ਆ ਗਈ 36 ਦੀ, 5 ਮਾਡਲ ਆ ਜੀ, 3,35,000 ਰੁਪਈਆ ਡਿਮਾਂਡ ਆ। ਚਾਰੇ ਟਾਇਰ ਬਿਲਕੁਲ ਸਾਫ਼ ਸੁਥਰੇ ਅਤੇ ਓਕੇ ਕੰਡੀਸ਼ਨ ਦੇ ਜੀ। 275 ਆ ਗਏ ਜੀ, 95 ਮਾਡਲ ਆ, 1,38,000 ਰੁਪਈਆ ਰੇਟ ਆ ਜੀ। ਬਾਕੀ ਟਰੈਕਟਰ ਸਾਫ਼ ਸੁਥਰੀ ਕੰਡੀਸ਼ਨ ਦਾ ਜੀ, ਟਾਇਰ ਵੀ ਵਧੀਆ ਪਏ, 40 ਪੈਸੇ ਟਾਇਰ ਹੋਣਗੇ। 69 ਆ ਗਏ, ਨਵੇਂ ਟਾਇਰ ਆ ਬਿਲਕੁਲ, ਅਗਲੇ ਟਾਇਰ BKT ਦੇ ਆ, ਪਿਛਲੇ ਵੀ BKT ਦੇ ਆ ਜੀ। ਇਹ 94 ਮਾਡਲ ਆ, 2,75,000 ਰੁਪਈਆ ਰੇਟ ਆ ਜੀ। ਮਹਿੰਦਰਾ ਆ ਗਿਆ ਜੀ, 575, 50 ਨੰਬਰ ਟਰੈਕਟਰ ਜੀ, ਇਹ 92 ਮਾਡਲ ਆ, 1,70,000 ਰੁਪਈਆ ਰੇਟ ਆ ਜੀ। ਅਗਲੇ ਟਾਇਰ ਹੈਗੇ C8 ਦੇ, ਚੰਗੇ ਪੂਰੇ ਵਧੀਆ ਜੀ, ਪਿਛਲੇ ਟਾਇਰ 50-60 ਪੈਸੇ ਹੋਣਗੇ ਜੀ, ਗੁਡੀਅਰ ਦੇ ਆ ਜੀ। ਸਵਰਾਜ ਆ ਗਿਆ ਜੀ, 855, 99 ਮਾਡਲ ਆ ਜੀ, 2,15,000 ਰੁਪਈਆ ਡਿਮਾਂਡ ਆ। PTO ਦੇ ਚੱਕਰ ਹੈਗੇ ਜੀ, 540। ਸਵਰਾਜ ਫਿਰ 855 ਜੀ, 98 ਮਾਡਲ ਆ ਜੀ, 2,15,000 ਰੁਪਈਆ ਰੇਟ ਆ ਜੀ। ਫਾਰਮ ਆ ਗਿਆ ਜੀ 60 ਦਾ, ਡਬਲ ਕਲੱਚ ਆ ਜੀ, 2,25,000 ਰੁਪਈਆ ਡਿਮਾਂਡ ਆ ਜੀ। 2001 ਮਾਡਲ ਆ ਜੀ, ਪਿਛਲੇ ਟਾਇਰ ਹੈਗੇ ਜੀ ਇਹਦੇ MRF ਦੇ, 13 ਦੇ ਟਾਇਰਾਂ 'ਚ ਆ, ਟਾਇਰ ਚੰਗੇ ਸਾਫ਼ ਸੁਥਰੇ ਅਤੇ 85-90 ਪੈਸੇ ਕੰਡੀਸ਼ਨ 'ਚ ਹੈਗੇ ਆ ਜੀ। ਪਿਛਲੇ ਅਗਲੇ ਹੈਗੇ ਆ ਜੀ 50-60 ਪੈਸੇ ਕੰਡੀਸ਼ਨ ਦੇ ਵਿੱਚ। 50 ਨੰਬਰ ਟਰੈਕਟਰ ਜੀ, ਅਗਲਾ ਟਰੈਕਟਰ ਆ ਗਿਆ ਜੀ ਸੋਨਾਲੀਕਾ, 750 ਦਾ, ਇਹ 4 ਮਾਡਲ ਆ ਜੀ, 2,65,000 ਰੁਪਈਆ ਡਿਮਾਂਡ ਆ ਜੀ। ਚਾਰੇ ਟਾਇਰ ਬਿਲਕੁਲ ਨਵੇਂ ਆ ਜੀ, ਅਗਲੇ ਗੁਡੀਅਰ ਦੇ ਆ, ਪਿਛਲੇ JK ਸੋਨਾ ਦੇ ਟਾਇਰ। ਅਰਜਨ ਆ ਗਿਆ ਜੀ, 605 DI, ਚਾਰੇ ਟਾਇਰ ਬਿਲਕੁਲ ਸਾਫ਼ ਸੁਥਰੇ, 80 ਪੈਸੇ ਕੰਡੀਸ਼ਨ ਦੇ ਵਿੱਚ। ਇਹ 10 ਮਾਡਲ ਆ ਜੀ, ਅਤੇ 3,75,000 ਰੁਪਈਆ ਰੇਟ ਆ ਜੀ। ਹਾਂਜੀ ਦੋਸਤੋ, ਅਗਲਾ ਟਰੈਕਟਰ ਆ ਗਿਆ ਜੀ ਜੌਂਡੀਅਰ, 52 10, ਚਾਰੇ ਟਾਇਰ ਬਿਲਕੁਲ ਸਾਫ਼ ਸੁਥਰੇ ਜੀ,
60 ਰੁਪਏ ਦੇ ਕੰਡੀਸ਼ਨ ਦੇ ਵਿੱਚ ਟਾਇਰ ਹੋਣਗੇ ਜੀ। ਇਹ ਹੈਗਾ ਜੀ 17 ਮਾਡਲ ਆ, 6,50,000 ਰੁਪਈਆ ਡਿਮਾਂਡ ਹੈ ਜੀ। ਬਾਕੀ ਛੱਤਰੀ ਛੁਤਰੀ ਡੈੱਕ ਡੁੱਕ ਲੱਗੀ ਹੈ ਜੀ। ਮਹਿੰਦਰਾ ਆ ਗਿਆ ਜੀ 475। ਇਹ ਹੈਗਾ ਜੀ 98 ਮਾਡਲ ਆ, 1,40,000 ਰੁਪਈਆ ਰੇਟ ਹੈ ਜੀ। ਫੋਰਡ ਆ ਗਿਆ ਜੀ 3,000। ਇਹ ਹੈਗਾ ਜੀ 76 ਮਾਡਲ ਆ, 1,20,000 ਰੁਪਈਆ ਰੇਟ ਹੈ ਜੀ। ਮਗਰਾੜ ਪੇਂਟ ਹੋਏ ਆ। ਬਾਕੀ ਦੇ ਟਰੈਕਟਰ ਮੌਕੇ 'ਤੇ ਚੈੱਕ ਕਰ ਸਕਦੇ। ਅਗਲਾ ਟਰੈਕਟਰ ਆ ਗਿਆ ਜੀ 25/11, 88 ਮਾਡਲ ਆ, 90,000 ਰੁਪਈਆ ਰੇਟ। ਉਸ ਤੋਂ ਅਗਲਾ ਟਰੈਕਟਰ ਆ ਗਿਆ ਜੀ ਸਵਰਾਜ 855, ਪਿਛਲੇ ਟਾਇਰ ਬਿਲਕੁਲ ਸਾਫ ਸੁਥਰੇ, 90 ਪੈਸੇ ਕੰਡੀਸ਼ਨ ਦੇ ਵਿੱਚ। ਅਤੇ ਇੱਕ ਮਾਡਲ ਆ ਜੀ 2,70,000 ਰੁਪਈਆ ਰੇਟ, ਟਰੈਕਟਰ ਦੇ ਮਾਲਕ ਦਾ। ਅਗਲਾ ਟਰੈਕਟਰ ਫਿਰ ਸਵਰਾਜ 855 ਜੀ, ਟਾਇਰ ਹੈਗੇ ਜੀ ਸਾਰੇ 40-50 ਪੈਸੇ ਕੰਡੀਸ਼ਨ ਦੇ ਵਿੱਚ। ਇਹ 2000 ਮਾਡਲ ਆ, 2,35,000 ਰੁਪਈਆ ਰੇਟ ਆ। ਫੋਰਡ ਆ ਗਿਆ ਜੀ 3600। ਅਗਲੇ ਟਾਇਰ ਨਵੇਂ ਆ ਜੀ, ਨਵੀਂ ਕੰਡੀਸ਼ਨ ਦੇ ਵਿੱਚ ਹੈਗੇ 80-85 ਪੈਸੇ। ਪਿਛਲੇ ਟਾਇਰ ਘੱਟੇ ਹੈਗੇ 78 ਮਾਡਲ ਆ, 1,20,000 ਰੁਪਈਆ ਰੇਟ। ਟਰਾਲਾ ਆ ਗਿਆ ਜੀ ਅਗਲਾ, ਇਹ 20 ਮਾਡਲ ਆ ਜੀ, 1,45,000 ਰੁਪਈਆ ਰੇਟ ਹੈ। ਜਿਸ ਤਰੀਕੇ ਨਾਲ ਇੱਥੇ ਖੜ੍ਹਾ ਇਹ ਫੋਰਡ ਆ ਗਿਆ ਜੀ 3600। ਆ ਦੋਸਤੋ ਟਰਾਲੀ ਆ ਗਈ ਜੀ ਅਗਲੀ, ਇਹ ਹੈਗੀ ਹੈ ਜੀ 1,25,000 ਦੀ, 2015 ਮਾਡਲ ਆ। ਬਾਕੀ ਟਰਾਲੀ ਚਾਦਰ ਚੂਦਰ ਦੀ ਸਾਫ਼ ਆ ਜੀ। ਇਹ ਜਿਹੜਾ ਫੋਰਡ ਆ ਇਹ ਵਿਕਾਊ ਨਹੀਂ ਗਾ ਜੀ। ਅਗਲਾ ਆ ਗਿਆ ਜੀ 69/11, 88 ਮਾਡਲ ਆ ਜੀ, 1,55,000 ਰੁਪਈਆ ਰੇਟ ਆ ਜੀ। ਪੰਜਾਬ ਨੰਬਰ ਟਰੈਕਟਰ ਹੈ ਜੀ। ਫੋਰਡ ਆ ਗਿਆ ਜੀ 3600, 88 ਮਾਡਲ ਹੈ, 1,15,000 ਰੁਪਈਆ ਰੇਟ ਹੈ ਜੀ। ਮਹਿੰਦਰਾ ਆ ਗਿਆ ਜੀ 585, ਡਬਲ ਕਲੱਚ ਆ, 2000 ਮਾਡਲ, 2,38,000 ਰੁਪਈਆ ਡਿਮਾਂਡ ਆ। ਚਾਰੇ ਟਾਇਰ ਬਿਲਕੁਲ ਸਾਫ਼ ਸੁਥਰੇ ਆ ਜੀ, ਪੰਜਾਬ ਨੰਬਰ ਟਰੈਕਟਰ ਆ। ਸਵਰਾਜ ਆ ਗਿਆ ਜੀ 735, ਇਹ 95 ਮਾਡਲ ਆ ਜੀ, 1,35,000 ਰੁਪਈਆ ਰੇਟ ਹੈ ਜੀ। ਪੰਜਾਬ ਨੰਬਰ ਟਰੈਕਟਰ ਹੈ ਜੀ। ਸੋਨਾਲੀਕਾ ਆ ਗਿਆ ਜੀ 750 ਦਾ, ਚਾਰੇ ਟਾਇਰ ਬਿਲਕੁਲ ਨਵੇਂ ਆ ਜੀ। ਇਹ ਹੈਗੇ ਜੀ 2000 ਮਾਡਲ, 2,45,000 ਰੁਪਈਆ ਰੇਟ ਹੈ ਜੀ। ਆਈਸਰ ਆ ਗਿਆ ਜੀ NC 242, ਇਹ 97 ਮਾਡਲ ਆ ਜੀ, 1,35,000 ਰੁਪਈਆ ਰੇਟ ਹੈ ਜੀ। ਮਹਿੰਦਰਾ ਆ ਗਿਆ ਜੀ 265, ਇਹ 93 ਮਾਡਲ ਆ ਜੀ, 1,40,000 ਰੁਪਈਆ ਰੇਟ ਹੈ ਜੀ। ਮਹਿੰਦਰਾ 475 ਆ ਗਿਆ ਜੀ, ਇਹ 12 ਮਾਡਲ ਆ, 3,10,000 ਰੁਪਈਆ ਡਿਮਾਂਡ ਹੈ ਜੀ। ਮਹਿੰਦਰਾ ਆ ਗਿਆ ਜੀ 475 ਰੁਪਏ, ਇਹ 3 ਮਾਡਲ ਆ ਜੀ, 2,55,000 ਰੁਪਈਆ ਰੇਟ ਹੈ ਜੀ। ਚਾਰੇ ਟਾਇਰ ਬਿਲਕੁਲ ਨਵੇਂ ਆ ਜੀ, 12 ਦੇ ਟਾਇਰਾਂ 'ਚ। ਟਰੈਕਟਰ ਦੀ ਕੰਡੀਸ਼ਨ ਸਾਫ਼ ਸੁਥਰੀ ਹੈ ਜੀ, ਓਕੇ ਕੰਡੀਸ਼ਨ ਦਾ ਟਰੈਕਟਰ ਆ ਜੀ ਇਹ। ਓ ਹਾਂਜੀ ਦੋਸਤੋ, ਕੋਟਕਪੂਰਾ ਟਰੈਕਟਰ ਮੰਡੀ ਦੀ ਵੀਡੀਓ ਦੇਖਣ ਲਈ ਤੁਹਾਡਾ ਬਹੁਤ ਬਹੁਤ ਧੰਨਵਾਦ। ਬੇਨਤੀ ਹੈ ਫਿਰ, ਜੇ ਕਦੇ ਸਾਡੇ ਚੈਨਲ 'ਤੇ ਪਹਿਲੀ ਵਾਰ ਆਏ ਤਾਂ ਚੈਨਲ ਨੂੰ ਕਰ ਲਓ ਸਬਸਕ੍ਰਾਈਬ। ਆਉਣ ਵਾਲੀ ਕੋਈ ਵੀ ਟਰੈਕਟਰ ਮੰਡੀ ਦੀ ਵੀਡੀਓ ਪਾ ਕੇ ਤਾਂ ਉਹਦਾ ਨੋਟੀਫਿਕੇਸ਼ਨ ਸਾਰਿਆਂ ਨਾਲੋਂ ਪਹਿਲਾਂ ਤੁਹਾਡੇ ਕੋਲ ਪਹੁੰਚੇ।